ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਕਿ ਗਲੇਸ਼ੀਅਰ 'ਚ ਵੱਡੇ ਬਦਲਾਅ ਹੋ ਰਹੇ ਨੇ ਅਤੇ ਅਸੀਂ ਅਜੇ ਤੱਕ ਇਸ ਦੇ ਪ੍ਰਭਾਵ ਨਾਲ ਸਮੁੰਦਰੀ ਪਾਣੀ ਦੇ ਪੱਧਰ 'ਚ ਕੋਈ ਵਾਧਾ ਨਹੀਂ ਦੇਖਿਆ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਟਾਰਕਟਿਕਾ ਦਾ ਥਵੇਟਸ ਗਲੇਸ਼ੀਅਰ ਆਪਣੀ ਹੋਂਦ ਬਣਾਏ ਰੱਖਣ ਲਈ ਜੂਝ ਰਿਹਾ ਹੈ। ਡੂਮਸਡੇ ਗਲੇਸ਼ੀਅਰ ਵਜੋਂ ਜਾਣਿਆ ਜਾਂਦਾ ਇਹ ਗਲੇਸ਼ੀਅਰ ਸਮੁੰਦਰੀ ਪੱਧਰ ਨੂੰ ਵਧਾ ਸਕਦਾ ਹੈ। ਇੱਕ ਨਵੀਂ ਰਿਪੋਰਟ 'ਚ ਇਸ ਦੇ ਤੇਜ਼ੀ ਨਾਲ ਘਟਣ ਦੀ ਚੇਤਾਵਨੀ ਦਿੱਤੀ ਗਈ ਹੈ। ਵਿਗਿਆਨੀ ਐਲਿਸਟਰ ਗ੍ਰਾਮ ਕਹਿੰਦੇ ਨੇ ਕਿ ਜੇ ਇਹ ਪਿਘਲ ਗਿਆ ਤਾਂ ਇਹ ਸਮੁੰਦਰ ਦੇ ਜਲ ਦੇ ਪੱਧਰ ਨੂੰ 2 ਫੁੱਟ ਤੱਕ ਵਧਾ ਦੇਵੇਗਾ। ਵਿਗਿਆਨੀਆਂ ਨੂੰ ਪਤਾ ਲੱਗਿਆ ਹੈ ਕਿ ਪਿਛਲੇ ਕਰੀਬ 1 ਦਹਾਕੇ ਦੌਰਾਨ ਇਹ ਗਲੇਸ਼ੀਅਰ ਦੁੱਗਣੀ ਤੇਜ਼ੀ ਦੇ ਨਾਲ ਘਟਿਆ ਹੈ। ਇਹ ਚੰਗੀ ਖਬਰ ਵੀ ਹੈ ਤੇ ਮਾੜੀ ਵੀ। ਚੰਗੀ ਖਬਰ ਇਹ ਹੈ ਕਿ ਪਿਛਲੇ ਸਮੇਂ ਦੇ ਮੁਕਾਬਲੇ ਇਸ ਦੇ ਘਟਣ ਦੀ ਗਤੀ ਹੌਲੀ ਹੋਈ ਹੈ, ਪਰ ਬੁਰੀ ਖਬਰ ਇਹ ਹੈ ਕਿ ਹੁਣ ਸਾਨੂੰ ਪਤਾ ਹੈ ਕਿ ਇਸ ਦੀ ਰਫ਼ਤਾਰ ਮੁੜ ਤੇਜ਼ ਹੋ ਸਕਦੀ ਹੈ। ਇਹ ਗਲੇਸ਼ੀਅਰ ਸਮੁੰਦਰੀ ਤਲ ਨਾਲ ਲੱਗਦਾ ਹੈ, ਇਸ ਲਈ ਗਰਮ ਪਾਣੀ ਨਾਲ ਵੀ ਮਿਲਦਾ ਹੈ ਅਤੇ ਵਾਤਾਵਰਣ ਤਬਦੀਲੀਆਂ ਕਾਰਨ ਗਰਮ ਹੋ ਰਹੇ ਸਮੁੰਦਰ ਚਿੰਤਾ ਦਾ ਵਿਸ਼ਾ ਨੇ। ਇਹ ਸਭ ਤੋਂ ਵੱਡਾ ਗਲੇਸ਼ੀਅਰ ਹੈ ਅਤੇ ਇਹ ਬਹੁਤ ਮੋਟੀਆਂ ਪਰਤਾਂ ਵਾਲਾ ਹੈ। ਇਹ ਅਜਿਹੇ ਖੇਤਰ ਵਿੱਚ ਹੈ ਜਿੱਥੇ ਇਹ ਸਮੁੰਦਰੀ ਤਲ 'ਚ ਡੂੰਘਾਈ ਤੱਕ ਚਲਿਆ ਜਾਂਦਾ ਹੈ, ਜਿੱਥੇ ਇਹ ਸਮੁੰਦਰ ਦੇ ਗਰਮ ਪਾਣੀ ਵਾਲੀਆਂ ਲਹਿਰਾਂ ਦੇ ਸੰਪਰਕ ਵਿੱਚ ਆ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਅਤੇ ਮਾਡਲ ਸਾਨੂੰ ਦੱਸ ਰਹੇ ਨੇ ਕਿ ਗਲੇਸ਼ੀਅਰ ਦੇ ਤੇਜ਼ੀ ਨਾਲ ਕੱਟਣ ਦੇ ਖਤਰੇ ਨੂੰ ਹੋਰ ਵਧਾ ਰਹੇ ਨੇ। ਤਾਂ ਫਿਰ ਅਸੀਂ ਆਉਣ ਵਾਲੇ ਸਾਲਾਂ 'ਚ ਕੀ ਉਮੀਦ ਕਰ ਸਕਦੇ ਹਾਂ? ਸਾਨੂੰ ਅਜੇ ਤੱਕ ਪਤਾ ਨਹੀਂ ਹੈ ਕਿ ਸਮੁੰਦਰੀ ਜਲ ਪੱਧਰ ਵਧਣ ਲਈ ਇਸ ਦਾ ਕੋਈ ਮਤਲਬ ਹੈ। ਅਸੀਂ ਜਾਣਦੇ ਹਾਂ ਕਿ ਇਸ ਗਲੇਸ਼ੀਅਰ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਹੇ ਨੇ। ਅਸੀਂ ਅਜੇ ਤੱਕ ਸਮੁੰਦਰੀ ਜਲ ਪੱਧਰ ਵਿੱਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਅਤੇ ਹੁਣ ਸਾਨੂੰ ਇਸ ਦਾ ਕਰੀਬ ਨਾਲ ਅਧਿਐਨ ਕਰਨ ਦੀ ਲੋੜ ਹੈ, ਕਿਉਂਕਿ ਭਾਵੇਂ ਘੱਟ ਜਾਂ ਵੱਧ ਪਰ ਗਲੇਸ਼ੀਅਰ ਪਿਘਲ ਰਿਹਾ ਹੈ। ਜਾਂ ਤਾਂ ਅਸੀਂ ਸਮੁੰਦਰੀ ਪਾਣੀ ਦੇ ਪੱਧਰ 'ਚ ਵੱਡਾ ਵਾਧਾ ਦੇਖਾਂਗੇ, ਨਹੀਂ ਤਾਂ ਅਸੀਂ ਸਭ ਨੂੰ ਦੱਸ ਦੇਈਏ ਕਿ ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਜੇ ਕੋਈ ਬਦਲਾਅ ਹੈ ਤਾਂ ਇਹ ਜਲਦੀ ਹੋ ਜਾਵੇਗਾ।